ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜ ਸਕਦੇ ਨੇ, ਜਿਸ ਨੂੰ ਲੈ ਕੇ ਉਹਨਾਂ ਨੇ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਮੋਰਿੰਡਾ ਪਹੁੰਚੇ ਚੰਦੂਮਾਜਰਾ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀ ਨਬਜ਼ ਪਛਾਣਦੇ ਨੇ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਵੀ ਦਵਿੰਦਰ ਸਿੰਘ ਵਰਗੇ ਦਲ ਬਦਲੂਆਂ ਵਰਗੇ ਸਿਰੇ ਨਹੀਂ ਚੜ ਸਕਿਆ। ਉਹਨੇ ਕਿਹਾ ਕਿ ਟਕਸਾਲੀ ਹੁਣ ਆਪਣੀ ਡਫਲੀ ਇਕੱਲੇ ਹੀ ਵਜਾ ਰਹੇ ਨੇ। ਇਹ ਅਸਲ 'ਚ ਗੱਠਜੋੜ ਸਿਰੇ ਚੜ੍ਹ ਹੀ ਨਹੀਂ ਸਕਦਾ। ਜਿੱਥੇ ਵੀਰ ਦਵਿੰਦਰ ਵਰਗੇ ਹੋਣਗੇ ਉੱਥੇ ਤਾਂ ਪੌੜਾ ਪੈਣਾ ਹੀ ਪੈਣਾ, ਜਿਹੜਾ ਕਿਸੇ ਪਾਰਟੀ 'ਚ ਨਹੀਂ ਰਿਹਾ। ਠੀਕ ਹੈ ਨਾ, ਅਤੇ ਉਹਨਾਂ ਨੇ ਪਹਿਲਾਂ BSP ਨਾਲ ਇਹਨਾਂ ਦਾ ਰਿਸ਼ਤਾ ਤੋੜਿਆ, ਹੁਣ ਆਪ ਨਾਲ ਤੋੜਿਆ, ਹੁਣ ਕਹਿੰਦੇ ਅਸੀਂ ਇਕੱਲੇ ਜ਼ੋਰੂ ਵਜਾਵਾਂਗੇ। ਅਤੇ ਇਕੱਲੇ ਤਾਂ ਕੋਈ ਵੀ ਵਜਾ ਸਕਦਾ ਫਿਰ। ਅਤੇ ਇਹ ਜਿਹੜਾ ਹੈ, ਇਹਨਾਂ ਨੇ ਆਪਣਾ ਜਨਾਜ਼ਾ ਆਪ ਹੀ ਕੱਢਿਆ ਹੋਇਆ। ਸੋ ਮੈਂ ਸਮਝਦਾ ਕਿ ਅਸੀਂ ਆਪਣੇ ਜਿਹੜਾ ਸਾਡਾ ਪਰਫਾਰਮੈਂਸ ਆ ਪਿਛਲੇ 5 ਸਾਲਾਂ 'ਚ, ਜੋ ਲੋਕਾਂ ਲਈ ਕੰਮ ਕੀਤੇ, ਲੋਕਾਂ ਦੀ ਸੇਵਾ ਕੀਤੀ, ਔਰ ਭਾਰਤ ਦੀ ਪਾਰਲੀਮੈਂਟ ਵਿੱਚ ਪੰਥ ਦੀ, ਪੰਜਾਬ ਦੀ, ਪੰਜਾਬੀਅਤ ਦੀ ਅਸੀਂ ਗੱਲ ਕੀਤੀ, ਦੇਸ਼ ਔਰ ਪ੍ਰਦੇਸ਼ ਦੇ ਮਸਲੇ ਉਠਾਏ, ਉਹਨਾਂ ਦੀ ਬਦੌਲਤ ਔਰ ਹਲਕੇ ਦੇ ਵਿਕਾਸ ਕੰਮਾਂ ਲਈ ਜੋ ਕੰਮ ਕਰਕੇ ਦਿਖਾਏ, ਉਹਦੇ ਆਧਾਰ 'ਤੇ ਇਹ ਚੋਣ ਦੇ ਵਿੱਚ ਵੋਟਾਂ ਲੈਣ ਜਾਣਾ। ਔਰ ਇਸ ਵੋਟ ਦੇ ਹੱਕਦਾਰ ਹੋਣ ਦੇ ਨਾਤੇ ਹੀ ਮੈਂ ਦੁਬਾਰਾ ਇਸ ਹਲਕੇ ਤੋਂ ਚੋਣ ਲੜਨ ਦਾ ਫੈਸਲਾ ਕੀਤਾ। सब्सक्राइब करें चढ़ती कला टाइम टीवी को और लेटेस्ट अपडेट पाने के लिए प्रेस करें बेल आइकन को।